ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਗੁਰਦੀਪ ਦੀਪਾ ਹੇਰਾਂ ਵਾਲਾ ਚਮਕੀਲੇ ਨੂੰ ਮਾਰਨ ਵਾਲਾ ਹੈ, ਅਤੇ ਇਹ ਕਹਿੰਦੇ ਰਹੇ ਹਰਾਮਖੋਰ ਕਿ ਚਮਕੀਲਾ ਗੰਦ ਪਾਉਂਦਾ। ਮੈਂ ਅੱਜ ਦੀਪਾ ਜਿਹੜਾ ਹੇਰਾਂ ਵਾਲਾ ਜਿਹਨੇ ਚਮਕੀਲੇ ਨੂੰ ਮਾਰਿਆ ਸੀ ਉਹਦੀ ਕਰਤੂਤ ਦੱਸਣੀ ਹੈ ਤੁਹਾਨੂੰ ਥੋੜ੍ਹੇ ਜਿਹੇ ਮਿੰਟਾਂ ਦੇ ਵਿੱਚ। ਇਹਨਾਂ ਨੇ ਇਤਰਾਜ਼ ਇਹ ਕੀਤਾ, ਵੈਸੇ ਤਾਂ ਜੱਗ ਜ਼ਾਹਰ ਹੋ ਗਿਆ ਕਿ ਇਹਨਾਂ ਨੇ ਕਲਾਕਾਰਾਂ ਦੇ ਕੋਲੋਂ ਪੈਸੇ ਲੈ ਕੇ, ਜਾਣੀ ਕਿ ਸਵਾਰੀਆਂ ਲੈ ਕੇ ਚਮਕੀਲੇ ਦੀ ਹੱਤਿਆ ਕੀਤੀ ਹੈ, ਇਹਦਾ ਕੋਈ ਸ਼ੱਕ ਹੀ ਨਹੀਂ ਹੈਗਾ। ਅਤੇ ਦੋ ਤਿੰਨ ਕਲਾਕਾਰ ਮਰ ਗਏ ਹੈ, ਦੋ ਤਿੰਨ ਕੁ ਬੈਠੇ ਹੈ ਜਿਹਨਾਂ ਨੇ ਫਰੋਤੀਆਂ ਦਿੱਤੀਆਂ ਸੀ, ਜਾਣੀ ਕਿ ਸਵਾਰੀਆਂ ਦਿੱਤੀਆਂ ਸੀ ਚਮਕੀਲੇ ਨੂੰ ਮਾਰਨ ਵਾਸਤੇ। ਹੁਣ ਜਿਹੜਾ ਦੀਪਾ ਹੇਰਾਂ ਵਾਲਾ ਜਿਹਨੂੰ ਕਹਿੰਦੇ ਨੇ ਚਮਕੀਲੇ ਨੂੰ ਧੁਰ ਦੀ ਢੇਡ ਦਿੱਤੀ ਸੀ, ਅਤੇ ਇਹ ਪਤਾ ਤੁਹਾਨੂੰ ਕਿੱਦਾਂ ਮਰਿਆ ਸੀਗਾ? ਇਹਦੇ ਮੈਂ ਤੁਹਾਨੂੰ ਕਰਤੂਤ ਦੱਸਦਾ, ਇਹਦੇ ਮਰਨ ਦਾ ਕਾਰਨ ਵੀ ਕੀ ਹੈ। ਇੱਕ ਬੰਦਾ ਸੀ ਭਾਗਾ ਕਰਕੇ, ਉਹਦਾ ਨਾਂ ਅਸਲ ਭਾਗ ਸਿੰਘ ਹੈ, ਉਹ ਅਫੀਮ ਵੇਚਦਾ ਸੀ, ਜਾਣੀ ਕਿ ਬਲੈਕੀ ਅਸੀਂ ਅਫੀਮ ਦਾ ਕੰਮ ਕਰਦਾ ਸੀ ਵੇਚਣ ਦਾ। ਅਤੇ ਉਹਦੀਆਂ ਕੁੜੀਆਂ ਦੇ ਨਾਲ ਇਹ ਜਿਹੜਾ ਦੀਪਾ ਹੇਰਾਂ ਵਾਲਾ ਉਹ ਧੱਕਾ ਕਰਦਾ ਸੀ, ਜਾਣੀ ਕਿ ਸੰਬੰਧ ਸੀ ਉਹਦੇ, ਮੈਂ ਇਹ ਕਹੂੰਗਾ ਵੀ ਬਲਾਤਕਾਰ ਕਰਦਾ ਸੀ। ਜੇ ਤੁਸੀਂ ਇਹ ਕਹੋਗੇ ਨਾ ਵੀ ਦੀਪਾ ਹੇਰਾਂ ਵਾਲਾ ਬੜਾ ਭਲਾ ਮਾਣਸ ਸੀ, ਜਿਹੜੇ ਗੁਰਦੁਆਰਿਆਂ ਵਿੱਚ ਕਨੇਡਾ ਮੇਜਾ ਇੱਥੇ ਉਹਦੀਆਂ ਫੋਟੋਆਂ ਲਾਈ ਬੈਠੇ ਆ ਕਿ ਉਹ ਸ਼ਹੀਦ ਹੋਇਆ, ਉਹਨਾਂ ਸ਼ਹੀਦਾਂ ਦੀ ਕਰਤੂਤ ਸੁਣ ਲਿਓ। ਹੁਣ ਦੀਪਾ ਹੇਰਾਂ ਵਾਲੇ ਦੀ ਜਿਹੜੀ ਕਰਤੂਤ ਹੈ ਇਹ ਮੈਂ ਤਾਂ ਦੱਸਣ ਲੱਗਾ ਕਿਉਂਕਿ ਇਹ ਜਿਹੜਾ ਲਵਸ਼ਿੰਦਰ ਇੰਗਲੈਂਡ ਵਿੱਚ ਬੈਠਾ ਉਹਦੀ ਵੀਡੀਓ ਚੱਲ ਰਹੀ ਹੈ ਅੱਜ ਵੀ ਇੱਕ, ਅਤੇ ਉਹ ਕਾਫੀ ਡੀਂਗਾ ਮਾਰਦਾ ਸੀ ਸਾਡੇ ਮਹਾਨ ਸ਼ਹੀਦ ਨੇ, ਕੌਮ ਲਈ ਕੰਮ ਕਰਦੇ ਰਹੇ ਨੇ। ਹੁਣ ਇੱਕ ਤਾਂ ਇਹ ਸਾਬਤ ਹੋ ਗਿਆ ਵੀ ਇਹ ਜਿਹੜੇ ਪੰਜੇ ਸੱਤੇ ਜਿਹਨਾਂ ਦਾ ਇਹ ਲਵਸ਼ਿੰਦਰ ਇੰਗਲੈਂਡ ਵਾਲਾ ਚਮਚਾ ਰਿਹਾ ਇਹ ਸਾਰੇ ਫੀਮ ਖਾਨ ਦੇ ਸੀ। ਇਹ ਸਾਬਤ ਹੋ ਜਾਂਦਾ ਹੈ ਕਿ ਜਿਹੜਾ ਭਾਗ ਸਿੰਘ ਫੀਮ ਦਾ ਕਾਰੋਬਾਰ ਕਰਦਾ ਸੀ, ਬਲੈਕਿਆ ਸੀ, ਇਹ ਫੀਮ ਇਹਨਾਂ ਨੂੰ ਦਿੰਦਾ ਸੀ। ਇੱਥੋਂ ਤੱਕ ਵੀ ਇਹ ਕਨਫਰਮ ਹੋ ਗਿਆ ਕਿ ਇਹਨਾਂ ਦੇ ਕੋਲ ਪਾਈਆ ਪਾਈਆ ਫੀਮ ਉਦੋਂ ਸ਼ਰੇਆਮ ਹੁੰਦੀ ਸੀ, ਜਿਹੜੇ ਇਹ ਵੱਡੇ ਖਾੜਕੂ ਅੱਤਵਾਦੀ ਅਖਵਾਉਂਦੇ ਆ ਇਹਨਾਂ ਦੇ ਕੋਲ। ਅਤੇ ਇਹ ਜਿਹੜਾ ਭਾਗ ਸਿੰਘ ਫੀਮ ਵੇਚਦਾ ਸੀ ਇਹਦੀਆਂ ਕੁੜੀਆਂ ਦੇ ਨਾਲ ਇਹਨੇ ਨਜਾਇਜ਼ ਧੱਕੇ ਦੇ ਨਾਲ ਸੰਬੰਧ ਬਣਾਏ ਹੋਏ ਸੀ, ਬੜਾ ਦੁੱਖ ਉਹਨਾਂ ਕੁੜੀਆਂ ਨੇ ਭੋਗਿਆ। ਮੈਂ ਨਾਂ ਨਹੀਂ ਉਹਨਾਂ ਕੁੜੀਆਂ ਦਾ ਲੈ ਸਕਦਾ। ਅਤੇ ਜਦੋਂ ਇਹ ਬੰਦਾ ਮਰਿਆ ਦੀਪਾ ਹੇਰਾਂ ਵਾਲਾ, ਇਹ ਕਿਸਮ ਦਾਲੀ ਰਹਿਲ ਇਹਦੇ ਕੋਲ ਸੀ ਜਾਂ ਕੋਈ ਹੋਰ ਹੋਣੀ ਹੈ? ਮੈਂ ਕਿਹੜਾ ਕੋਲ ਸੀ, ਮੈਂ ਤਾਂ ਜਿਹੜੀ ਕਹਾਣੀ ਅਗਲੇ ਨੇ ਦੱਸੀ ਹੈ ਦੁਖੀ ਹੋ ਕੇ ਮੈਂ ਤਾਂ ਉਹ ਬਿਆਨ ਕਰ ਰਿਹਾ। ਅਤੇ ਉਸ ਬੰਦੇ ਨੇ ਦੁਖੀ ਹੋ ਕੇ ਉਹ ਸਮਾਂ ਸਬਰ ਦਾ ਘੁੱਟ ਭਰ ਕੇ ਲੰਘਾਇਆ ਜਦੋਂ ਉਹਦੀਆਂ ਕੁੜੀਆਂ ਦੇ ਨਾਲ ਸ਼ਰੇਆਮ ਜਾ ਕੇ ਇਹ ਪੈਂਦਾ ਸੀ, ਦੀਪਾ ਹੇਰਾਂ ਵਾਲਾ ਜਿਹੜਾ ਕਹਿੰਦੇ ਚਮਕੀਲਾ ਲੱਚਰ ਕਾਉਂਦਾ ਸੀ, ਚਮਕੀਲੇ ਨੇ ਗੰਦ ਪਾਇਆ ਜਿਹੜਾ ਇਹ ਕਹਿੰਦਾ ਸੀ। ਅਤੇ ਉਹ ਬੰਦੇ ਨੇ ਫਿਰ ਜਦੋਂ ਇਹਨੂੰ ਮਰਵਾਇਆ ਉਦੋਂ ਇਹ ਉਹਦੇ ਘਰ ਸੀਗਾ ਭਾਗੇ ਦੇ ਜਿਹੜਾ ਫੀਮ ਵੇਚਦਾ ਸੀ। ਉਹਨੇ ਜਦੋਂ ਇਹ ਜਾਣ ਲੱਗਾ ਸ਼ਾਮ ਨੂੰ ਜਾਂ ਜਦੋਂ ਵੀ ਜਾਣ ਲੱਗਾ ਉਹ ਇਹਨੂੰ ਕਹਿੰਦਾ ਵੀ ਤੂੰ ਇਸ਼ਨਾਨ ਕਰਕੇ ਜਾ, ਨਹਾ ਕੇ ਜਾ, ਗਰਮੀ ਦਾ ਟਾਈਮ ਹੈ। ਵਾਕਈ ਇਹ ਗਰਮੀ ਦੀ ਰੁੱਤ ਵਿੱਚ ਹੀ ਮਰਿਆ ਸੀ।
ਕਹਿੰਦਾ ਇਹ ਕੱਪੜੇ ਲਾ ਕੇ ਵਾਸ਼ਰੂਮ ਦੇ ਵਿੱਚ ਵੜ ਗਿਆ ਨਹਾਉਣ ਵਾਸਤੇ, ਅਤੇ ਅਸਲਾ ਕਹਿੰਦਾ ਉਹ ਜਿਹੜਾ ਭਾਗ ਸਿੰਘ ਆ ਉਹਦੇ ਕੋਲ ਸੀ, ਪੁਲਿਸ ਨੂੰ ਉਹਨੇ ਪਹਿਲੇ ਦੱਸਿਆ ਹੋਇਆ ਸੀ ਵੀ ਮੇਰੇ ਘਰ ਹੈ ਜਿਹੜਾ ਦੀਪਾਂ ਹੇਰਾਂ ਵਾਲਾ। ਜਦੋਂ ਅੰਦਰ ਵੜ ਗਿਆ ਪੁਲਿਸ ਬਾਹਰ ਵਿੱਚ ਆ ਗਈ, ਬਾਰ ਵਿੱਚ ਆ ਗਈ ਉਹਦੇ ਦਰਵਾਜ਼ੇ 'ਤੇ, ਅਤੇ ਇਹਨੇ ਬਾਹਰੋਂ ਉਹਨੂੰ ਕੁੰਡੀ ਲਾ ਦਿੱਤੀ, ਜਾਣੀ ਕਿ ਲੌਕ ਕਰਤਾ। ਅਤੇ ਉਹਨੇ ਦੱਸਿਆ ਕਿ ਬਾਹਰ ਪੁਲਿਸ ਆ ਗਈ, ਚੁੱਪ ਕਰਕੇ ਨਹਾਈ ਚੱਲ ਅਤੇ ਬੋਲੀ ਨਾ, ਗੇੜ ਮਿੰਟ ਤਾਂ ਪਹਿਲਾਂ ਪੁਲਿਸ ਨਾਲ ਹੋਈ ਹੋਈ ਸੀ। ਅੱਛਾ ਇਹ ਵੱਡਾ ਸ਼ੂਰਮਾ ਅੰਦਰ ਸਾਈਨਟ ਦਾ ਜਿਹੜਾ ਕੈਪਸੂਲ ਹੁੰਦਾ ਉਹ ਖਾ ਕੇ ਮਰਿਆ, ਜਿਹੜੇ ਬੰਦੇ ਚਮਕੀਲੇ ਨੂੰ ਗੋਲੀਆਂ ਮਾਰ ਕੇ ਆਏ ਸੀ ਨਾ ਜਦੋਂ ਪੁਲਿਸ ਆ ਗਈ ਨਾ ਬਾਰ ਦੇ ਵਿੱਚ, ਉਦੋਂ ਇਹ ਇੱਕ ਵੀ ਆਪਣੀ ਰਾਈਫਲ ਤੋਂ ਫਾਇਰ ਨਹੀਂ ਕਰ ਸਕਿਆ। ਦਰਵਾਜ਼ਾ ਕੀ ਉਦੋਂ ਲੋਹੇ ਦਾ ਗੇਟ ਸੀ, ਤੋੜ ਵੀ ਸਕਦਾ ਸੀ, ਜਾਣੀ ਕਿ ਇੱਕ ਵੀ ਫਾਇਰ ਨਹੀਂ ਕਰ ਸਕਿਆ ਬੰਦਾ ਜਿਨ੍ਹਾਂ ਨੇ ਇੰਨੇ ਹੱਥੇ ਬੰਦੇ 'ਤੇ ਗੋਲੀਆਂ ਮਾਰ ਕੇ ਕਤਲ ਕੀਤਾ। ਅੱਛਾ ਕੱਲ੍ਹ ਬੰਦੇ ਨੇ ਇੱਕ ਨੇ ਕਮੈਂਟ ਕੀਤਾ ਸੀ, ਮੈਨੂੰ ਸਪੈਸ਼ਲੀ ਵਟਸਐਪ 'ਤੇ ਭੇਜਿਆ, ਉਹ ਕਹਿੰਦਾ ਜੀ ਮੈਂ ਤੁਹਾਡੀ ਵੀਡੀਓ ਥੱਲੇ ਕਮੈਂਟ ਕੀਤਾ, ਪੜ੍ਹ ਕੇ ਦੇਖਿਓ। ਉਹ ਕਮੈਂਟ ਵਿੱਚ ਉਹਨੇ ਲਿਖਿਆ ਸੀ, ਕਹਿੰਦਾ ਜੀ ਦੋ ਕਤਲ ਨਹੀਂ ਤਿੰਨ ਕਤਲ ਕੀਤੇ ਨੇ, ਹਾਲਾਂਕਿ ਮੈਨੂੰ ਪਤਾ ਸੀ ਇਸ ਚੀਜ਼ ਦਾ। ਉਹ ਕਹਿੰਦਾ ਜੀ ਤਿੰਨ ਕਤਲ ਕੀਤੇ ਨੇ, ਕਹਿੰਦਾ ਇੱਕ ਪੇਟ ਵਿੱਚ ਅਮਰਜੋਤ ਕੌਰ ਦੇ ਬੱਚਾ ਸੀ, ਪ੍ਰੈਗਨੈਂਟ ਸੀ ਉਸ ਵਕਤ ਉਹ, ਅਤੇ ਕਹਿੰਦਾ ਇਹਨਾਂ ਨੇ ਉਸ ਵਕਤ ਤਿੰਨ ਕਤਲ ਕੀਤੇ ਆ। ਹੁਣ ਜਿਹੜੇ ਸੂਰਮੇ ਬਣਦੇ ਸੀ ਨਾ ਚਮਕੀਲੇ ਨੂੰ ਮਾਰ ਕੇ, ਅਤੇ ਦੀਪਾ ਹੇਰਾਂ ਵਾਲਾ ਸਾਈਨਟ ਦਾ ਕੈਪਸੂਲ ਖਾ ਕੇ ਮਰਿਆ, ਇੱਕ ਵੀ ਫਾਇਰ ਨਹੀਂ ਕਰ ਸਕਿਆ। ਚਲੋ ਮਰਨਾ ਤਾਂ ਹੈ ਸੀ, ਕੁੱਤੇ ਦੀ ਮੌਤ ਇਹਨਾਂ ਨੇ, ਪਰ ਇਹਨਾਂ ਦੀ ਕਰਤੂਤ ਦੇਖੋ। ਜਿਹੜੇ ਚਮਕੀਲੇ ਨੂੰ ਕਹਿੰਦੇ ਗੰਦ ਪਾਉਂਦਾ ਸੀ, ਅਤੇ ਉਹ ਕਿਵੇਂ ਉਹ ਭਾਗ ਸਿੰਘ ਦੀਆਂ ਕੁੜੀਆਂ ਦੇ ਨਾਲ ਖੇਹ ਖਾਂਦਾ ਸੀ, ਅਤੇ ਕਿਵੇਂ ਉਹ ਬੰਦੇ ਨੇ ਅੱਕ ਕੇ ਇਹਨੂੰ ਮਰਵਾਇਆ, ਹੁਣ ਤੁਸੀਂ ਅੰਦਾਜ਼ਾ ਲਾਓ। ਆ ਜਿਹੜੇ ਬੰਦੇ ਕਹਿੰਦੇ ਇਹ ਸ਼ਹੀਦ ਨੇ ਜੀ, ਗੁਰਦੁਆਰਿਆਂ ਵਿੱਚ ਫੋਟੋਆਂ ਲਾਈ ਬੈਠੇ ਆ, ਹੁਣ ਦੱਸਿਓ ਜਿਹੜਾ ਕਿਸੇ ਦੀਆਂ ਕੁੜੀਆਂ ਨਾਲ ਬਲਾਤਕਾਰ ਕਰਦਾ ਹੋਵੇ, ਦੋ ਤਿੰਨ ਕੁੜੀਆਂ ਦੇ ਨਾਲ ਸੌਂਦਾ ਹੋਵੇ, ਉਹ ਬੰਦਾ ਸ਼ਹੀਦ ਹੋ ਸਕਦਾ? ਇਹਨਾਂ ਗੱਲਾਂ ਦਾ ਜਵਾਬ ਚਾਹੀਦਾ। ਪਰਤਾਂ ਦੇੜ ਕੇ ਛੱਡੂ, ਅਤੇ ਜਿਹੜੇ ਵੀ ਧਮਕੀਆਂ ਧਮਕੀਆਂ ਦੇਣ ਵਾਲੇ ਨੇ ਜਦੋਂ ਜੋ ਮਰਜ਼ੀ ਕਰੋ, ਸ਼ਰੇਆਮ ਕਹਿੰਦੇ ਹਾਂ ਅਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।